ਹੁਣੇ ਹੁਣੇ ਇੱਕ ਵੱਡੀ ਖਬਰ ਆ ਰਹੀ ਹੈ ਜੀ, ਦੱਸਣਾ ਚਾਹੁੰਦੇ ਹਾਂ ਕਿ ਮਾਨਸਾ ਜੇਲ੍ਹ ਵਿੱਚ ਬੰਦ ਮੋਰਿੰਡਾ ਬੇਅਦਬੀ ਕਾਂਡ ਦਾ ਮੁਲਜ਼ਮ ਜਿਸ ਦੀ ਮੌਤ ਹੋ ਚੁੱਕੀ ਹੈ ਜੀ, ਦੱਸ ਦੇਣਾ ਚਾਹੁੰਦੇ ਹਾਂ। ਤਾਜ਼ੀ ਖਬਰ ਆਰ ਟੀ ਨਿਊਜ਼ ਦੇ ਮਾਧਿਅਮ ਨਾਲ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਮਾਨਸਾ ਦੇ ਵਿੱਚ ਜੇਲ੍ਹ ਵਿੱਚ ਬੰਦ ਸੀ ਅਤੇ ਜਸਵੀਰ ਸਿੰਘ ਜੋ ਕਿ ਮੋਰਿੰਡਾ ਬੇਅਦਬੀ ਕਾਂਡ ਦਾ ਦੋਸ਼ੀ ਸੀ ਅਤੇ ਉਸਦੀ ਹਸਪਤਾਲ ਦੇ ਵਿੱਚ ਮੌਤ ਹੋ ਚੁੱਕੀ ਹੈ। ਛਾਤੀ ਦੇ ਵਿੱਚ ਅਚਾਨਕ ਦਰਦ ਹੋਣ ਦੇ ਕਾਰਨ ਉਸਨੂੰ ਹੋਸਪਿਟਲ ਲਿਆ ਜਾਇਆ ਗਿਆ ਸੀ ਕਿ ਜਿੱਥੇ ਉਸਨੂੰ ਉਸਦੀ ਮੌਤ ਹੋ ਚੁੱਕੀ ਹੈ। ਵੱਡੀ ਖਬਰ ਤੁਹਾਨੂੰ ਆਪਣੇ ਆਰ ਟੀ ਨਿਊਜ਼ ਦੇ ਮਾਧਿਅਮ ਨਾਲ ਸਾਂਝੀ ਕਰ ਰਹੇ ਹਾਂ। ਮਾਨਸਾ ਜੇਲ੍ਹ 'ਚ ਬੰਦ ਸੀ ਮੁਲਜ਼ਮ ਜਸਵੀਰ ਸਿੰਘ ਜਿਸ ਦੀ ਹੁਣ ਮੌਤ ਹੋ ਚੁੱਕੀ ਹੈ।